ਅਥਿਕ ਮਦਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਦੋਵਾਂ ਬੱਚਿਆਂ ਨੂੰ ਸਕੂਲ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਉਹ ਦੋਵੇਂ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰ ਸਕਣ। ਉਹਨਾਂ ਨੇ ਕਿਹਾ ਕਿ ਦੋਵਾਂ ਬੱਚਿਆਂ ਦੀ ਉਮਰ ਪੜ੍ਹਾਈ ਕਰਨ ਦੀ ਹੈ ਨਾ ਕਿ ਕੰਮ ਕਰਨ ਦੀ, ਇਸ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਖਰਚੇ ਉੱਤੇ ਮੁਫ਼ਤ ਪੜ੍ਹਾਇਆ ਜਾ ਰਿਹਾ। ਇਹ ਜਿਹੜਾ ਬੱਚਾ ਹੈਗਾ ਵੰਸ਼, ਬਹੁਤ ਪਿਆਰਾ ਬੱਚਾ, 10 ਸਾਲ ਦੀ ਉਮਰ ਹੈ ਇਹਦੀ। ਇਹਦੀ ਵੀਡੀਓ ਦੇਖ ਕੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਆਦੇਸ਼ ਹੋਏ ਸੀ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਅਤੇ ਇਹਦੀ ਪੜ੍ਹਾਈ ਦਾ ਇੰਤਜ਼ਾਮ ਕਰਨ ਦੀ। ਅੱਜ ਇਹਦੇ ਪੇਰੈਂਟਸ ਨੂੰ ਬੁਲਾ ਕੇ, ਜਿਹੜਾ ਸਾਡਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਸਭ ਤੋਂ ਵਧੀਆ ਸਰਕਾਰੀ ਸਕੂਲ ਹੈ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ, ਉੱਥੇ ਇਸ ਬੱਚੇ ਦੀ ਅਸੀਂ 5ਵੀਂ ਕਲਾਸ 'ਚ ਐਡਮਿਸ਼ਨ ਕਰਾਤੀ ਹੈ। ਇਹਦਾ ਵੱਡਾ ਭਰਾ ਜਿਹਨੇ ਕਿ ਕਿੰਨਾ ਕਾਰਨਾ ਕਰਕੇ ਉਹਨੇ ਛੱਡਤੀ ਸੀ ਨੌਕਰੀ ਪਹਿਲਾਂ, ਉਹਨੇ ਪੜ੍ਹਾਈ ਜਿਹੜੀ ਛੱਡਤੀ ਸੀ, ਸੋਰੀ, ਨੌਕਰੀ ਜੁਆਇਨ ਕਰ ਲਈ ਸੀ, ਉਹਨੂੰ ਵੀ ਅਸੀਂ ਜਿਹੜਾ ਹੈਗਾ ਅੱਜ 9ਵੀਂ ਕਲਾਸ 'ਚ ਦਾਖਲ ਕਰਾਤਾ। ਔਰ ਇਹਨਾਂ ਦੇ ਪਿਤਾ ਜੀ ਨੂੰ ਬੱਚਿਆਂ ਦੇ ਨਾਮ 'ਤੇ ਜਿਹੜੀ ਮਾਲੀ ਸਹਾਇਤਾ 2 ਲੱਖ ਰੁਪਏ ਦੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਆਈ ਸੀ ਉਹ ਦੇ ਦਿੱਤੀ ਗਈ ਹੈ। ਔਰ ਪੇਰੈਂਟਸ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਵੀ ਉਹ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕਰਨ। ਇਹ ਜਿਹੜੀ ਉਮਰ ਹੈ ਕੰਮ ਕਰਨ ਦੀ ਨਹੀਂ ਬਲਕਿ ਪੜ੍ਹਨ ਦੀ ਹੈ, ਜੇ ਪੜ੍ਹਨਗੇ ਤਾਂ ਅੱਛਾ ਕੰਮ ਕਰਨਗੇ। ਪਰਮਜੀਤ ਸਿੰਘ ਜੀ ਸਰਦਾਰ ਸਾਹਿਬ ਨੇ ਮੈਨੂੰ ਭਰੋਸਾ ਦਵਾਇਆ ਕਿ ਉਹ ਬੱਚਿਆਂ ਨੂੰ ਪੂਰਾ ਹੁਣ ਪੜ੍ਹਨ ਵਾਲੇ ਪਾਸੇ ਪਾਉਣਗੇ। ਬੱਚਿਆਂ ਦੇ ਮਾਤਾ ਜੀ ਵੀ ਪੜ੍ਹੇ ਲਿਖੇ ਨੇ, 10ਵੀਂ ਪੜ੍ਹੇ ਹੋਏ ਨੇ, ਉਹਨਾਂ ਨੇ ਵੀ ਮੈਨੂੰ ਕਿਹਾ ਕਿ ਉਹ ਆਪ ਇੰਟਰਸਟ ਲੈ ਕੇ ਬੱਚੇ ਵੱਲ ਧਿਆਨ ਦੇਣਗੇ। ਬੱਚਾ ਬੜਾ ਪਿਆਰਾ ਹੈ ਔਰ ਮੈਨੂੰ ਯਕੀਨ ਹੈ ਕਿ ਇਹ ਬਹੁਤ ਅੱਛਾ ਵੱਡੀ ਮੱਲਾ ਮਾਰੇਗਾ ਜ਼ਿੰਦਗੀ 'ਚ। ਸ਼ਾਬਾਸ਼ ਬੇਟੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ TV, ਆਸਟ੍ਰੇਲੀਆ।